हाँ जी सत श्री अकाल जी, गुड मॉर्निंग, स्वागत करते हैं ढाडा संधू ब्लॉग च। उम्मीद करते हैं सारे ठीक ठाक होवोंगे, तो आप भी ठीक ठाक हाँ। तो भाई जे तुहानू साडी वीडियो वधिया लग रही है, चैनल में लाइक करो, शेयर करो, कमेंट करो, तो सबसक्राइब कर लो। तो चलो करते हैं आपां अज्ज वाले ब्लॉग की शुरुआत। जदों ही राती देखिया सीगा तो आपां पहुँच गए हैंगे, तो हुण आपां पहुँच गए फैक्ट्री। टाइम हो चलिया 8 बज चले, गेट ते एंट्री आपां कराए हाँ, गड्डी अपनी अंदर होनी आ 8:30 बजे। अपने को गड्डिया है अजे खाली हो गई, जिदा भी पता लगेगा 8:30 बजे। तो बाकी जाओ तो पूरी अपन हम देखते हैं कि बनता है ना, कदों गड्डी खाली आती। तो भाई एक चीज़ होर, सारे जने कमेंट करके जरूर दस्यो कि ब्लॉग सवेरे पाया करिए कि शाम को, इदा आप 6 बजे पाईदा शाम को, तो कमेंट करके दस्यो सवेरे पाया करिए कि शाम को। बाकी चलो देखते हैं गड्डी कदों खाली होंगी है। तो आप खड़े हैं बठिंडे गोन्याने को पिंड है जींदा कोटकपुरे रोड से, उत्थे होनी अपनी गड्डी खाली स्पोर्ट गैंग फैक्ट्री। अंदर वीडियो बनाने देंगे नहीं गए, बाकी देखा जी बनी तो बनावे, नहीं तो फिर बाहर आके बनाने गड्डी की गल। तो चलो मिलते हैं आपको 8:30 बजे। टाइम हो गया 9:22, तो एंट्री उंट्री कराती अपने गेट पर। अरे 10 मिनट रो फिर गड्डी कराने अंदर, तो गली बनाई गड्डिया मेल नहीं आई है, बंदा एक बैठा उ लैके आऊगा बिल, फिर देख रहे हैं जी बनगा कदों होंगी है खाली रखते हैं। अंदर फोटो फोटो खिंचन नहीं देंगे, देख रहे हैं जी खिंचो तो खिंचा गड्डिया अपनी अजे बाहर ही खड़ी। बिल बुल मिल गए अपन, तो कहते 10 मिनट तक आयो, तो मिलो अंकल। अंकल सत श्रीकाल करते हैं। सत श्रीकाल भाजी, की हाल चाल ने? तुम भी कर दे गुड मॉर्निंग, सत श्रीकाल। बोल पा चलो 10 मिनट तक अपनी गड्डिया होनी अंदर, तो खाली करके चलते हैं। अंकल कहने मिलना उन्हें की ना है गायक का गोन्याना मान अमृत मान, अमृत मान ਨੂੰ ਮਿਲ ਕੇ ਉਹਨਾਂ ਮੀਟਿੰਗ ਉਹਦੇ ਨਾਲ ਸਾਡੀ ਨਾਲ ਹੀ ਆ। ਭਜਨ ਮਾਨ ਦਾ ਪਿੰਡ ਵੀ ਆ, ਪਰ ਭਜਨ ਪਾਨ ਦਾ ਪਿੰਡ ਵੀ ਨਾਲ ਹੀ ਆ। ਨਹੀਂ ਮਾਨ ਜੋ ਵੀ ਹੈ ਬੰਦਾ ਤੇ ਇਨਸਾਨ ਹੀ ਹੈ, ਪਰ ਉਹਨੂੰ ਮਿਲਦੀ ਸਲਾਹ ਨਹੀਂ, ਵਾ ਇਹਨੂੰ ਮਿਲਦੀ ਲੈ। ਸਿੱਧੂ ਵਾਲ ਦਾ ਯਾਰ ਸੀ ਨਾ, ਸਿੱਧੂ ਵਾਲ ਦਾ ਨਹੀਂ, ਮੂਸੇ ਵਾਲੇ ਸਿੱਧੂ ਦਾ, ਮੂਸੇ ਵਾਲ ਦਾ, ਸਿੱਧੂ ਵਾਲ ਦਾ ਲਾੜਾ ਯਾਰ ਤੇ ਹੈ। ਅੱਜ ਵੀ ਨਾਲ ਰਹਿਣਾ ਸਾਰੇ ਰੋਜ ਵੇਖਣਾ ਤੁਸੀਂ ਸਾਰਿਆਂ ਨੇ। ਅੱਜ ਤੱਕ ਕੀਮਤੀ ਸਮਾਂ ਆਪਣਾ ਕੱਢ ਕੇ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਉਹ ਕਰ ਲਓ ਜੋ ਇਹ ਆਖਣ ਡਿਆ। ਠੀਕ ਹੈ ਜੀ, ਗੁੱਡ ਬਾਏ। ਗੁੱਡ ਬਾਏ ਨਹੀਂ, ਟਾਈਮ ਦਾ ਦੱਸ ਦੇ, ਕਹਿੰਦੇ ਟਾਈਮ ਨਹੀਂ ਦੱਸਿਆ ਬਲੌਗ ਚ। ਟਾਈਮ ਟੂਮ ਤੇ ਟਾਈਮ ਦਾ ਅੰਕਲ ਦੱਸੋ ਕਿੰਨਾ ਹੋਇਆ, ਦੱਸ ਟਾਈਮ ਤੇ ਜਦੋਂ ਕਿੰਨਾ ਹੋਇਆ, ਜਦੋਂ ਟਾਈਮ ਲੱਗ ਜੇ ਉਦੋਂ ਹੀ, ਜਦੋਂ ਟਾਈਮ ਲੱਗ ਜੇ ਉਦੋਂ ਹੀ ਦਾ ਲਾ ਲਿਓ। ਆ ਗਏ ਆਪਾਂ ਲੋਡਿੰਗ ਵਾਲੇ ਪੁਆਇੰਟ ਤੇ, ਚੱਲੇ ਆ ਆਪਾਂ ਅੰਦਰ ਬਿੱਲ ਬੁੱਲ ਦੇਣ। ਸ਼ਾਵਾਂਗੇ ਹੋ ਅੰਕਲ ਤੇ ਕੋਈ ਸੂਜੀ ਆ ਬੰਦਾ, ਤੇ ਕੁਲਦੀਪ ਦਾ ਮੜਾ ਇੱਕ ਬਿੱਲ ਰਹਿ ਗਿਆ ਗੱਡੀ 'ਚ, ਮਾੜਾ ਜਿਹਾ ਸਾਰਾ ਨਹੀਂ ਉਹ ਅੰਕਲ ਬੇਲੀ ਗੁਪਤ ਲਾ ਕੇ ਲੈ ਗਿਆ ਧਾਗੇ ਨੂੰ ਕੋਈ ਉਹਦੇ ਕਾਗਜ਼ੀ ਪੂਰੇ ਕਰਨੇ ਹਨ, ਉਹਨੇ ਕਰਤੇ ਨੇ ਯਾਰ ਇੱਕ ਵੱਧ ਹੀ ਦਿੱਤਾ, ਤੇ ਹੁਣ ਅਸੀਂ ਚੱਲਿਆ ਤੇ ਬਿੱਲ ਜਮਾਂ ਕਰਾਉਣ, ਬਿੱਲ ਜਮਾਂ ਕਰਾ ਕੇ ਫਿਰ ਦੇਖਦੇ ਹਾਂ ਪਰੌਂਠਾ ਖਾਵਾਂਗੇ ਪਹਿਲਾਂ, ਕਿਉਂ ਫਿਰ ਕਰਾਵਾਂਗੇ ਗੱਡੀ। ਚਲੋ ਮਿਲਦੇ ਹਾਂ ਤੁਹਾਨੂੰ ਪਰੌਂਠਾ ਖਾ ਕੇ। ਟਾਈਮ ਹੋ ਗਿਆ 12:07, ਤੇ ਤਰਪਾਲਾਂ ਆਪਾਂ ਨੇ ਖੋਲਤੀਆਂ, ਗੱਡੀ ਲੱਗੀ ਆਪਣੀ ਹੁਣ ਖਾਲੀ। ਮੈਨੂੰ ਲੱਗਦਾ ਕੁਲਦੀਪ ਵਾਲੀ ਗੱਡੀ ਲੱਗ ਗਿਆ ਖਾਲੀ ਕਰਨ, ਉਹ ਉਦੋਂ ਬਾਅਦ ਅੰਕਲ ਵਾਲੀ ਆ, ਤੇ ਉਦੋਂ ਬਾਅਦ ਆਪਣਾ ਨੰਬਰ, ਅਤੇ ਲਾਉਂਦੇ ਵਾਲੀ ਆ ਕੇ ਆਪਾਂ ਗੱਡੀ ਉੱਥੇ, ਫਿਰ ਦੇਖਦੇ ਹਾਂ ਤਾਂ ਰੋਟੀ ਆਪਾਂ ਖਾ ਹੈਗੇ ਕੰਟੀਨ 'ਚੋਂ। ਟਾਈਮ ਨਾਲ ਹੀ ਇੱਧਰ ਲਾ ਲੈਣੀ ਆਪਾਂ ਗੱਡੀ, ਜਗ੍ਹਾ ਹੈਗੀ ਆ। ਦੇਖਦੇ ਹਾਂ ਫਿਰ ਕੀ ਬਣਦਾ ਹੈ। ਬੈਠਾ ਕੁਲਦੀਪ। ਹਾਂਜੀ ਟਾਈਮ ਹੋ ਗਿਆ 1:30 ਵਜ ਚੱਲਿਆ, ਅਤੇ ਗੱਡੀਆਂ ਹਜੇ ਆਪਣੀਆਂ ਕੋਈ ਵੀ ਨਹੀਂ ਖਾਲੀ ਹੋਈ। ਕੁਲਦੀਪ ਪਿਆ ਇੱਧਰ ਮਿਸਟੀ ਪਾ ਰਿਹਾ ਬਾਧੂ ਜੀ, ਅਤੇ ਹੋਇਆ ਆ ਲੰਚ ਟਾਈਮ, ਇਸ ਕਰਕੇ ਆਪਣੀ ਗੱਡੀ ਨਹੀਂ ਹੋਈ ਖਾਲੀ। ਤਿੰਨੇ ਗੱਡੀਆਂ ਖੜੀਆਂ ਉੱਦਾਂ ਹੀ, ਅਤੇ ਇੱਕ ਦੇ ਵਿਚਾਰੇ ਦਾ ਈਮੇਲ ਕੀ ਨਹੀਂ ਆਇਆ, ਪਤਾ ਮੇਲ ਨਹੀਂ ਆਈ, ਉਹ ਨਹੀਂ ਆਏ, ਤਾਂ ਕਰਕੇ ਨਹੀਂ ਆਈ ਉਹਦੀ ਖਾਲੀ। ਅਤੇ ਮਤਲਬ ਇੱਧਰ ਬਹਿ ਉਹਨਾਂ ਨੂੰ ਹੀਟਰ, ਅਤੇ ਬਾਕੀ ਹੁਣ ਦੇਖਦੇ ਹਾਂ ਕਦੋਂ ਖਾਲੀ ਹੋਊਗੀਆਂ, ਜਦੋਂ ਵੀ ਹੋਊਗੀਆਂ ਦੱਸਾਂਗੇ ਤੁਹਾਨੂੰ। ਅਤੇ ਟਰਾਂਸਪੋਰਟ ਆਫਟਰ ਆਲ ਸਾਨੂੰ ਕਰ ਰਿਹਾ ਫੋਨ, ਕਿਉਂ ਗਲੀ ਡੰਡਾ ਚਾੜਿਆ, ਗੱਡੀ ਭੇਜ, ਗੱਡੀ ਭੇਜ, ਗੱਡੀ ਖਾਲੀ ਨਹੀਂ ਹੋਈ, ਇਸ ਕਰਕੇ ਹੁਣ ਅਸੀਂ ਵੇਟ ਕਰ ਰਹੇ ਇਹਨਾਂ ਦੀ। ਹੁਣ ਤਾਂ ਗੱਡੀਆਂ ਰਹਿ ਵੀ ਆਪਣੀਆਂ ਹੀ ਗਈਆਂ, ਇੱਕ ਗੱਡੀ ਆਪਣੇ ਮੂਹਰੇ, ਅਤੇ ਉਦੋਂ ਬਾਅਦ ਆਪਣੀਆਂ ਗੱਡੀਆਂ ਤਿੰਨ,
ਖਾਲੀ ਹੋ ਗਿਆ ਤੇ ਕੱਲ ਨਹੀਂ ਭਰੇਗੀ ਰਾਮ ਨਾਲ ਖਾਲੀ ਕਰਦਾ ਟੌਰ ਮੈਂ ਸੋਨੇ ਯਾਰ ਸਹੀ ਗੱਲ ਰੱਖ ਤੂੰ ਕਹਿੰਦਾ ਪੂਰੀ ਕੱਲ ਨਹੀਂ ਭਰਾਂਗੇ ਤੇ ਕੱਲ ਨੂੰ ਭਰਨੀ ਗੱਡੀ ਯਾਰ ਤੇ ਬਾਕੀ ਖਾਲੀ ਖੁੱਲੀ ਕਰਕੇ ਦੇਖਦੇ ਆ ਕੀ ਅੱਜ ਤੇ ਐਤਵਾਰ ਆ ਵੈਸੇ ਵੀ ਭਰਨੀ ਬਸ ਦੇਖਦੇ ਆ ਲਾਗੇ ਲਾਗੇ ਕਿਤੇ ਸੌ ਜਾਗੇ ਡੱਬਾ ਤਾਂ ਸੌ ਗਿਆ ਜੀ ਟਾਈਮ ਹੋ ਗਿਆ 4:06 ਤੇ ਗੱਡੀਆਂ ਲੱਗ ਗਈਆਂ ਹੁਣ ਖਾਲੀ ਅੰਕਲ ਵਾਲੀ ਵੀ ਹੋ ਗਈ ਆ ਕੁਲਦੀਪ ਵਾਲੀ ਹੁੰਦੀ ਪਈ ਆ ਤਾਂ ਆਪਣੀ ਲੱਗੀ ਆ ਪੰਜ ਲੱਗਣ ਖਾਲੀ ਵਾਲ ਵਾਸਤੇ ਤੇ ਫਿਰ ਆਪਾਂ ਜਾਂਦੇ ਹਾਂ ਦੇਖਦੇ ਹਾਂ ਕਿੱਥੇ ਦਾ ਮਾਲ ਮੁਲ ਬਣਦਾ ਹੁਣ ਤਾਂ ਕੀਤਾ ਹੈਗਾ ਡਰਾਮ ਡਰਾਮ ਦਸ ਮਿੰਟ ਨਹੀਂ ਬਣਦਾ ਨਾ ਕਿੱਦਾਂ ਇੱਥੇ ਲੱਗਣੀ ਆਪਣੀ ਗੱਡੀ ਠੇਲਾ ਚੱਲਦਾ ਪਿਆ ਬਾਕੀ ਤਾਂ ਬੰਦੇ ਦਾ ਨਾ ਬੈਕ ਕੈਮਰੇ ਨਾਲ ਮਤਲਬ ਆ ਹੁੰਦੀ ਬਈ ਇੱਥੇ ਖਾਲੀ ਇੱਥੇ ਲੱਗਣੀ ਆਪਣੀ ਅੰਕਲ ਵਾਲੀ ਗੱਡੀ ਨਿਕਲ ਜਾਣੀ ਆ ਤਾਂ ਆਪਣੀ ਲੱਗ ਜਾਣੀ ਮਿਲਦਿਆਂ ਪਾ ਤੁਹਾਨੂੰ ਗੱਡੀ ਲਾ ਕੇ ਅਨਲੋਡਿੰਗ ਪੁਆਇੰਟ 'ਤੇ ਲਓ ਜੀ ਗੱਡੀ ਲੱਗ ਗਈ ਹੁਣ ਆਪਣੀ ਖਾਲੀ ਅਤੇ ਕੁਲਦੀਪ ਵਾਲੀ ਹੋ ਚੱਲੀ ਆ ਖਾਲੀ ਅਤੇ ਆਪਣੀ ਮਤਲਬ ਕਿ ਜਿਹੜਾ ਉੱਪਰ ਉੱਪਰ ਹੋ ਗਈ ਅੱਧੀ ਅਤੇ ਖਾਲੀ ਖੁੱਲੀ ਕਰਕੇ ਚੱਲਦੇ ਹਾਂ ਅਤੇ ਅੰਕਲ ਚਲ ਗਿਆ ਖਾਲੀ ਕਰਕੇ ਭਰਨ ਦੀ ਹੋ ਗਈ ਸੀਗੀ ਪਹਿਲਾਂ ਇਸ ਕਰਕੇ ਚਲੋ ਕੋਈ ਨਹੀਂ ਆਪਣੀ ਵੀ ਹੋ ਜੂ ਆਪਣੀ ਹੁਣ ਕੱਲ੍ਹ ਹੀ ਭਰੂਗੀ ਅਤੇ ਬਾਕੀ ਜਿਹੜਾ ਦੇਖਦੇ ਹਾਂ ਲਈ ਟਾਈਮ ਹੋ ਗਿਆ 5:35 ਅਤੇ ਗੱਡੀ ਆਪਣੀ ਹੋ ਗਈ ਆ ਖਾਲੀ ਪਹੁੰਚ ਪੁੰਚ ਮਿਲ ਗਈ ਆਪਾਂ ਨੂੰ ਗੱਡੀ ਪੈਨ ਕੀਤੀ ਹੋਈ ਆ ਸਾਫ਼ ਕੱਪੜਾ ਕੁਪੜਾ ਮਾਰਿਆ ਆ ਅੱਜ ਧਾਕੀਆਂ ਵੀ ਆ ਸਾਫ਼ ਕੀਤੀਆਂ ਇੱਥੋਂ ਦੇ ਸਕਦੇ ਨੇ ਚਮਕਾ ਬਾਕੀ ਅਤੇ ਹੁਣ ਆਪਾਂ ਚੱਲਦੇ ਹਾਂ ਬਾਹਰ ਢਾਬੇ 'ਤੇ ਲਾਉਂਦੇ ਹਾਂ ਗੱਡੀ ਜਾ ਕੇ ਦੇਖਾਂਗੇ ਸਵੇਰ ਨੂੰ ਸ਼ਾਮ ਨੂੰ ਦੱਸੂਗਾ ਟਰਾਂਸਪੋਰਟਰ ਜੇ ਅੱਜ ਬਣ ਗਿਆ ਅਤੇ ਭਰਨ ਵਾਲੀ ਜਗ੍ਹਾ 'ਤੇ ਚੱਲ ਜਾਵਾਂਗੇ ਰਾਤ ਨੂੰ ਨਹੀਂ ਤਾਂ ਫਿਰ ਸਵੇਰ ਨੂੰ ਅਤੇ ਹਵਾਈ ਦੀ ਰਹਿ ਗਈ ਗੱਡੀ ਖਾਲੀ ਨਹੀਂ ਹੋਈ ਜੇ ਉਹ ਸਵੇਰੇ ਅਤੇ ਬਾਕੀ ਚੱਲਦੇ ਹਾਂ ਹੁਣ ਆਪਾਂ ਗੇਟ 'ਤੇ ਐਂਟਰੀ ਉਂਟਰੀ ਕਰਾ ਦਿੰਦੀ ਆ ਦਿੱਕਤ ਵਾਲੀ ਗੱਲ ਨਹੀਂ ਅਤੇ ਮਿਲਦੇ ਹਾਂ ਆਪਾਂ ਤੁਹਾਨੂੰ ਜਾ ਕੇ ਢਾਬੇ 'ਤੇ ਲਓ ਜੀ ਪਹੁੰਚ ਗਏ ਆਪਾਂ ਢਾਬੇ ਦੇ ਫੈਕਟਰੀ ਦੇ ਨਾਲ ਹੀ ਢਾਬਾ ਸੀਗਾ ਇੱਥੇ ਖੜ੍ਹਦੇ ਹਾਂ ਅਤੇ ਟਰਾਂਸਪੋਰਟਰ ਨੇ 6 ਤੋਂ ਬਾਅਦ ਦੱਸਣਾ ਆ ਫਿਰ ਚੱਲਾਂਗੇ ਅਤੇ 6 ਨਾਲੇ ਬਲੌਗ ਅਪਲੋਡ ਕਰ ਦਈਏ ਬਾਬਿਓ ਅਤੇ ਜੇ ਬਣਦਾ ਪ੍ਰੋਗਰਾਮ ਤਾਂ ਫਿਰ ਕੋਈ ਦੱਸੀ ਜਾਊਗੀ ਤੁਹਾਨੂੰ ਗੱਲਬਾਤ ਨਹੀਂ ਤਾਂ ਅੱਜ ਇੱਥੇ ਐਂਡ ਕੀਤਾ ਜਾਊ ਬਲੌਗ ਦਾ ਚਲੋ ਮਿਲਦੇ ਹਾਂ ਆਪਾਂ ਤੁਹਾਨੂੰ ਥੋੜ੍ਹੀ ਦੇਰ ਤੱਕ ਲਈ ਟਾਈਮ ਹੋ ਗਿਆ 8:00 ਆ 12 ਹੋ ਗਏ ਆ ਅਤੇ ਆਪਾਂ ਚੱਲ ਪਏ ਹਾਂ ਢਾਬੇ 'ਤੇ ਜਿੱਥੇ ਖੜ੍ਹੇ ਸੀਗੇ ਹੁਣ ਆਪਾਂ ਟਰਾਂਸਪੋਰਟ ਨਾਲ ਹੋਈ ਆ ਗੱਲ ਉਹ ਕਹਿੰਦਾ ਜਾ ਕੇ ਡੱਬ ਵਾਲੀ ਰੋਡ 'ਤੇ ਖੜ੍ਹ ਜਾਓ ਸਵੇਰੇ ਮੈਂ ਦੱਸੂਗਾ ਅਤੇ ਉੱਥੇ ਆਪਾਂ ਗਏ ਢਾਬੇ 'ਤੇ ਖੜ੍ਹਦੇ ਹਾਂ ਢਾਬਾ ਹੈਗਾ ਸੁੰਨ ਮਸਾਣ ਜਿਹਾ ਗੱਡੀ ਗੁੱਡੀ ਕੋਈ ਹੈ ਨਹੀਂ ਇੱਥੇ ਇਸ ਕਰਕੇ ਆਪਾਂ ਇੱਥੇ ਖੜ੍ਹੇ ਨਹੀਂ ਅਤੇ ਹੁਣ ਆਪਾਂ ਚੱਲੇ ਹਾਂ ਇੱਥੇ ਇੱਥੋਂ ਜਾ ਕੇ ਖੜ੍ਹਦੇ ਹਾਂ ਉੱਥੇ ਉਹ ਕਹਿੰਦਾ ਮਾਲ ਬਣ ਜੂ ਸਵੇਰੇ ਬਾਕੀ ਚਲੋ ਦੇਖਦੇ ਹਾਂ ਜਾ ਕੇ ਉੱਥੇ ਕੀ ਬਣਦਾ ਆ ਦੱਸਾਂਗੇ ਫਿਰ ਤੁਹਾਨੂੰ ਵੀ ਅਗਲੀ ਗੱਲਬਾਤ ਹੈ ਅਤੇ ਬਾਕੀ ਬਾਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਨਵੇਂ ਆਏ ਆ ਬਾਈ ਚਲੋ ਮਿਲਦੇ ਹਾਂ ਆਪਾਂ ਤੁਹਾਨੂੰ ਉੱਥੇ ਜਾ ਕੇ ਲਓ ਜੀ ਪਹੁੰਚ ਗਏ ਆਪਾਂ ਬਠਿੰਡੇ ਗੋਲ ਚੌਂਕ 'ਚ ਜਹਾਜ਼ ਵਾਲੇ 'ਚ ਚੰਡੀਗੜ੍ਹ ਪਟਿਆਲਾ ਲੁਧਿਆਣਾ ਬਰਨਾਲਾ ਅਤੇ ਇੱਥੋਂ ਆਪਾਂ ਜਾਵਾਂਗੇ ਮਲੋਟ ਰੋਡ 'ਤੇ ਮਲੋਟ ਰੋਡ ਤੋਂ ਦੇਖਦੇ ਹਾਂ ਮਲੋਟ ਰੋਡ 'ਤੇ ਰੁਕਣਾ ਕਿ ਬਾਈਪਾਸ ਜਾ ਕੇ ਡੱਬ ਵਾਲੀ ਰੋਡ 'ਤੇ ਰੁਕਣਾ ਆ ਜਾਂਦਾ ਪਿਆ ਮਲੋਟ ਰੋਡ ਤੋਂ ਸਿੱਧਾ ਚਲ ਗਿਆ ਜਹਾਜ਼ ਕਿੱਧਰ ਗਿਆ ਉਹ ਸਾਹਮਣੇ ਜਹਾਜ਼ ਲੱਗਾ ਚਲੋ ਦਿਨ 'ਚ ਦਿਖਾਵਾਂਗੇ ਕਿਤੇ ਤੁਹਾਨੂੰ ਜਹਾਜ਼ ਵੀ ਹੁਣ ਤਾਂ ਦਿਸਣਾ ਨਹੀਂ ਹਨੇਰੇ 'ਚ ਅਤੇ ਬਾਕੀ ਆ ਥਰਮਲ ਪਲਾਂਟ ਬਾਕੀ ਕਈਆਂ ਨੇ ਤਾਂ ਮੈਂ ਸੁਪੂਜਾ ਦਾ ਗਾਣਾ ਵੀ ਸੁਣਿਆ ਹੋਣਾ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਬਾਈਆ ਅਤੇ ਇਹ ਉਹੀ ਪਤਾ ਨਹੀਂ ਬਾਕੀ ਝੀਲਾਂ ਇਹਨਾਂ ਨੇ ਕਹਿੰਦੇ ਆ ਕਿ ਕਿਸੇ ਹੋਰ ਚੀਜ਼ ਨੂੰ ਕਹਿੰਦੇ ਆਪਾਂ ਨੂੰ ਚੀਜ਼ ਬਾਰੇ ਨਹੀਂ ਪਤਾ ਵੀ ਆਪਾਂ ਫਿਲਟਰ ਮਾਰ ਦਈਏ ਕੀ ਫਾਇਦਾ ਅਤੇ ਜੇ ਕਿਸੇ ਬਾਈ ਨੂੰ ਪਤਾ ਝੀਲਾਂ ਦਾ ਤਾਂ ਕਮੈਂਟ ਕਰਕੇ ਦੱਸਿਓ ਕਿ ਇਹੀ ਝੀਲਾਂ ਆ ਆਲੇ ਦੁਆਲੇ ਜਿਹੜੀਆਂ ਪਾਣੀ ਵਾਲੀਆਂ ਜਾਂ ਕਿਤੇ ਝੀਲਾਂ ਹੋਰ ਆ ਅਤੇ ਬਾਕੀ ਚਲੋ ਇੱਥੇ ਇੱਕ ਆਇਆ ਢਾਬਾ ਪੁੱਛਦੇ ਹਾਂ ਕੁਲਦੀਪ ਨੂੰ ਇੱਥੇ ਰੁਕਣਾ ਕਿ ਬਾਈਪਾਸ 'ਤੇ ਚੜ੍ਹ ਕੇ ਰੁਕ ਕਰਦੇ ਹਾਂ ਜਾ ਕੇ ਆਪਾਂ ਉੱਥੇ ਵਲੌਗ ਦਾ ਐਂਡ ਵਲੌਗ ਬਣਿਆ ਅੱਜ ਛੋਟਾ ਜਿਹਾ ਚਲੋ ਕੋਈ ਨਹੀਂ ਬਣਾਇਆ ਤਾਂ ਹੈ ਨਾ ਨਾ ਜਾ ਨਹੀਂ ਪਾਉਣਾ ਆਪਾਂ ਰੈਗੂਲਰ ਵਲੌਗ ਡਿੱਗਣਗੇ ਰੈਗੂਲਰ ਲਓ ਜੀ ਆ ਗਏ ਹਾਂ ਆਪਾਂ ਡੱਬਾ ਬਠਿੰਡੇ ਵਾਲੇ ਬਾਈਪਾਸ 'ਤੇ ਜਿਹੜਾ ਡੱਬ ਵਾਲੀ ਰੋਡ 'ਤੇ ਜਾਂਦਾ ਉਹ ਰੋਡ 'ਤੇ ਅਤੇ ਕੁਲਦੀਪ ਨੂੰ ਉਹ ਢਾਬਾ ਜਾਣੀ ਪਸੰਦ ਇਸ ਕਰਕੇ ਆਪਾਂ ਆ ਗਏ ਇੱਥੇ ਆ ਜਾਗੋ ਫਿਰ ਅਤੇ ਹੁਣ ਆਪਾਂ ਚੱਲਦੇ ਹਾਂ ਡੱਬ ਵਾਲੀ ਰੋਡ 'ਤੇ ਚੜ੍ਹ ਕੇ ਵੀ ਦੇਖਦੇ ਢਾਬਾ ਉੱਥੇ ਜਾ ਕੇ ਰੁਕਾਂਗੇ ਆਹ ਪਤਾ ਨਹੀਂ ਕੀ ਚੱਕਰ ਆ ਫੋਨ 'ਚ ਨਾ ਜਦੋਂ ਮੂਹਰੋਂ ਲਾਈਟ ਕੋਈ ਆਉਂਦੀ ਆ ਫਲੈਸ਼ ਬੰਦ ਹੋ ਜਾਂਦੀ ਅਤੇ ਚਲੋ ਬਾਕੀ
ਚੱਲਦੇ ਹਾਂ ਢਾਬੇ ਦੇ ਜਾ ਕੇ ਫਿਰ ਤੁਹਾਨੂੰ ਮਿਲਦੇ ਹਾਂ ਢਾਬੇ ਦੇ। ਅਸੀਂ ਪਹੁੰਚ ਗਏ ਆਪਾਂ ਢਾਬੇ ਦੇ ਅਤੇ ਗੱਡੀ ਲਾ ਰਿਹਾ ਕੁਲਦੀਪ ਵੀ ਉੱਧਰ ਆਪਾਂ ਲਾ ਦਿੱਤੀ ਆ ਅਤੇ ਹੁਣ ਖਾਂਦੇ ਹਾਂ ਰੋਟੀ ਪਾਣੀ ਸਵੇਰੇ ਦੇਖਾਂਗੇ ਕੀ ਬਣਦਾ ਆ। ਅਤੇ ਜੇ ਬਾਈ ਇੱਥੇ ਤੱਕ ਸਾਡੀ ਵੀਡੀਓ ਦਾ ਕੋਈ ਵੀ ਪਾਰਟ ਵਧੀਆ ਲੱਗਿਆ ਕਿਸੇ ਵੀ ਬਾਈ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਵੀ ਦਬਾ ਲਓ ਤਾਂ ਕਿ ਉਹਨਾਂ ਨੂੰ ਨੋਟੀਫਿਕੇਸ਼ਨ ਪਹੁੰਚੇ ਤੁਹਾਡੇ ਤੋਂ ਸਭ ਤੋਂ ਪਹਿਲਾਂ। ਅਤੇ ਮਿਲਦੇ ਹਾਂ ਕਿਸੇ ਅਗਲੇ ਵਲੋਗ 'ਚ, ਤਦ ਤੱਕ ਲਈ ਦਿਓ ਇਜਾਜ਼ਤ, ਆਪਣਾ ਖਿਆਲ ਰੱਖੋ ਅਤੇ ਆਪਣੇ ਪਰਿਵਾਰ ਦਾ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਰੱਬ ਰਾਖਾ।